ਇਸ 스마트 ਸਕੂਲ ਵੀ ਉਸ ਨਜਾਇਜ਼ ਮਾਈਨਿੰਗ ਵਾਲਿਆਂ ਤੋਂ ਪੱਥਰ ਲੈ ਕੇ ਬਣਿਆ। ਉਸ ਨਜਾਇਜ਼ ਮਾਈਨਿੰਗ ਵਾਲਿਆਂ ਤੋਂ ਰੇਤਾ ਲੈ ਕੇ ਬਣਿਆ। ਉਸ ਏਰੀਆ ਦੇ ਵਿੱਚ ਜਿਹੜੇ 스마트 ਸਕੂਲ ਬਿਲਕੁਲ ਔਰ ਇਹ ਇਹ ਕੋਈ ਇਹ ਦਾਅਵੇ ਨੂੰ ਝੂਠਾਾ ਕੇ ਦਿਖਾਵੇ। ਦੂਜਾ ਉਸ ਏਰੀਆ ਦੇ ਵਿੱਚ ਜਿਹੜਾ ਗੱਠਜੋੜ ਆ। ਕੱਲੇ ਮਾਈਨਿੰਗ ਨਹੀਂ। ਮਾਈਨਿੰਗ ਨੂੰ ਜਿਹੜੀ ਸ਼ੈ ਆ। ਮਾਈਨਿੰਗ ਡਿਪਾਰਟਮੈਂਟ, ਫੋਰੈਸਟ ਡਿਪਾਰਟਮੈਂਟ, ਪੁਲਿਸ ਦੇ ਅਧਿਕਾਰੀ ਔਰ ਬੀਐਸਐਫ ਦੇ ਅਧਿਕਾਰੀ ਤੱਕ ਇਨਵੋਲ ਹੋਵਾ। ਹੁਣ ਬੀਐਸਐਫ ਦੇ ਅਧਿਕਾਰੀਆਂ ਦਾ ਪਹਿਰਾ ਹੈਗਾ ਬਿਆਸ ਦਰਿਆ ਦਾ ਜਿਹੜਾ ਡੈਮ ਬਣਿਆ ਹੋਇਆ ਉਹਦੇ ਉੱਪਰ। ਪਰ ਬਿਆਸ ਜਿੱਥੇ ਬੀਐਸਐਫ ਦੇ ਅਧਿਕਾਰੀ ਹੁੰਦੇ ਆ ਉੱਥੇ ਇੱਕ ਵੱਡਾ ਮਤਲਬ ਖੱਡਾ ਲੱਗਾ ਹੋਇਆ ਦਰਿਆ ਦੇ ਵਿੱਚ ਤੇ ਉੱਥੇ ਫੋਟੋ ਖੇਤਣ ਦੇ ਕੰਮ ਆਹੀ ਆ ਤੁਸੀਂ ਫੋਟੋ ਨਹੀਂ ਖੇਚ ਸਕਦੇ ਕਿਉਂਕਿ ਉਹ ਕਹਿੰਦੇ ਇਸ ਸਿਕਿਉਰਿਟੀ ਦਾ ਸਵਾਲ ਆ ਜਿਹੜੇ ਸਿਕਿਉਰਿਟੀ ਦਾ ਸਵਾਲ ਤੁਹਾਡਾ ਮੰਨ ਹੀ ਨਹੀਂ ਰਹੇ ਜਿਹੜੇ ਇੰਨੇ ਨੇ ਵੱਡੇ ਟੋਏ ਪਾ ਰਹੇ ਆ ਦਰਿਆ ਦੇ ਨਾਲ ਉਹਨੂੰ ਬੀਐਸਐਫ ਕਿਉਂ ਨਹੀਂ ਰੋਕ ਰਹੀ ਉਹਨੂੰ ਪੁਲਿਸ ਦੇ ਅਧਿਕਾਰੀ ਜਾਂ ਜਿਹੜੇ ਅਧਿਕਾਰੀ ਉਹ ਰੋਕ ਕਿਉਂ ਨਹੀਂ ਰਹੇ ਗੰਭੀਰਤਾ ਤਾਂ ਇੱਥੋਂ ਤੱਕ ਆ ਕਿ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਕਾਂਗਰਸ ਦੀ ਉਸ ਵੇਲੇ ਵਿਰੋਧੀ ਧਿਰ ਦਾ ਐਮਐਲਏ ਜਾਂਦਾ ਮਾਫੀ ਵਾਲੇ ਉਹਨੂੰ ਕੁੱਟਦੇ ਨਹੀਂ ਉਹ ਐਮਐਲਏ ਬਿਆਨ ਤੱਕ ਨਹੀਂ ਦਿੰਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਜਿਹੜੀ ਸਰਕਾਰ ਆ ਮਤਲਬ ਉਹਨਾਂ ਦਾ ਉਹ ਐਮਐਲਏ ਸੀਗਾ ਮਤਲਬ ਉਹਨੂੰ ਟੈਕਟ ਨਹੀਂ ਦਿੱਤੀ ਕਿਉਂਕਿ ਉਹ ਬੋਲਿਆ ਸੀ ਉਸ ਸਪੌਟ ਤੇ ਚਲਾ ਗਿਆ ਹੋਰ ਗੰਭੀਰ ਦੇਖਣਾ ਹੋਵੇ ਇਹਨੂੰ ਹਿੰਦੁਸਤਾਨ ਟਾਈਮਜ਼ ਨੂੰ ਲਿਖਦੇ ਆ ਤਸਦੀਪ ਸਿੰਘ ਭਲੋਤਰਾ ਨਾਂ ਦਾ ਇੱਕ ਪੱਤਰਕਾਰ ਉਹਦੋਂ ਮਤਲਬ ਉਹਦਾ ਉਹਦੀ ਮੌਤ ਹੋ ਜਾਂਦੀ ਆ ਉਹਨੂੰ ਕਿਹਾ ਜਾਂਦਾ ਕਿ ਐਕਸੀਡੈਂਟ ਆ ਪਰ ਅੱਜ ਤੱਕ ਜਾਂਚ ਨਹੀਂ ਹੋਈ ਕਿ ਐਕਸੀਡੈਂਟ ਸੀ ਕਿ ਮਰਡਰ ਸੀ ਮਤਲਬ ਇੱਕ ਤਿਹਾਨ ਆਂਦਾ ਰਹਾ ਕਿ ਇਹਨੂੰ ਮਾਫੀ ਵਾਲਿਆਂ ਨੇ ਮਰਵਾਤਾ ਉਹ ਇੱਕ ਮਤਲਬ ਆਪਦੀ ਕਹਿ ਸਕਦੇ ਆ ਵੀ ਕਾਫਲੇ ਨਾਲ ਜਾ ਰਿਹਾ ਉਹਦੇ ਨਾਲ ਅਧਿਕਾਰੀ ਨੇ ਵੱਡੇ ਪੁਲਿਸ ਦੇ ਅਧਿਕਾਰੀ ਨੇ ਜਾਂ ਮਾਈਨਿੰਗ ਵਾਲੇ ਅਧਿਕਾਰੀ ਨੇ ਉਹ ਦਿਖਾਉਣ ਜਾ ਰਿਹਾ ਕਿ ਕਿੱਦਾਂ ਮਾਈਨਿੰਗ ਹੋ ਰਹੀ ਹੈ ਕਿਉਂਕਿ ਉਹਨੇ ਲਿਖਿਆ ਸੀ ਤਾਂ ਅਧਿਕਾਰੀ ਉਹਦੇ ਨਾਲ ਜਾ ਰਹੇ ਨੇ ਉਹਦੀ ਕਾਰ ਦਾ ਐਕਸੀਡੈਂਟ ਹੁੰਦਾ ਦੂਜਾ ਕਾਫਲਾ ਬਚ ਗਿਆ ਉਹਦੀ ਕਾਰ ਐਕਸੀਡੈਂਟ ਚ ਮੌਤ ਹੋ ਗਈ ਉਹਦਾ ਨਾਲ ਜਿਹੜੇ ਅਧਿਕਾਰੀ ਨੇ ਕੀ ਉਹਦੇ ਜ਼ਿੰਮੇਵਾਰ ਨਹੀਂ ਹੈਗੇ ਕਿ ਜਾਂਚ ਹੋਣੀ ਚਾਹੀਦੀ ਹੈ ਉਸ ਪੱਤਰਕਾਰ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇੱਕ ਪੱਤਰਕਾਰ ਨੇ ਪ੍ਰਭਜੀਤ ਸਿੰਘ ਜਿਨ੍ਹਾਂ ਨੇ ਹਿੰਦੁਸਤਾਨ ਟਾਈਮਸ ਨੂੰ ਲੰਮਾ ਸਮਾਂ ਲਿਖਿਆ। ਉਹਨਾਂ ਨੂੰ ਆਪਣੀ ਜੌਬ ਛੱਡਣੀ ਪਈ। ਇੰਨਾ ਜ਼ਿਆਦਾ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਉਹ ਮਾਈਨਿੰਗ ਖਿਲਾਫ ਲਗਾਤਾਰ ਲਿਖਦੇ ਰਹੇ। ਤਾਂ ਇਹ ਗੰਭੀਰਤਾ ਇੰਨੀ ਜ਼ਿਆਦਾ ਜਿਹਨੂੰ ਆਪਾਂ ਮਤਲਬ ਸੋਚ ਵੀ ਨਹੀਂ ਸਕਦੇ ਤਾਂ ਬਹੁਤ ਸਾਰੇ ਲੋਕ ਇਹ ਗੱਲ ਤਾਂ ਕਰਦੇ ਨੇ ਕਿ ਮਾਈਨਿੰਗ ਬੰਦ ਹੋਣੀ ਚਾਹੀਦੀ ਜਾਂ ਮਾਈਨਿੰਗ ਤੇ ਰੈਵਨਿਊ ਆਉਣਾ ਚਾਹੀਦਾ ਐਕਚੁਅਲ 'ਚ ਲੋਕਾਂ ਦੀਆਂ ਜਾਨਾਂ ਤੇ ਖੇਡ ਕੇ ਰੈਵਨਿਊ ਦਾ ਸਵਾਲ ਬੰਦ ਕਰਨਾ ਚਾਹੀਦਾ ਸਾਨੂੰ ਉਹ ਜਿਹੜੀ ਗੈਰ ਕੁਦਰਤੀ ਹੋ ਰਹੀ ਆ ਜਿਹੜੀ ਲੋਕਾਂ ਦੀਆਂ ਜਾਨਾਂ ਤੇ ਖੇਡ ਕੇ ਉੱਥੋਂ ਦੇ ਲੋਕ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਇੱਥੇ ਲੱਗ ਸਕਦੀ ਆ ਖੱਡ ਨਹੀਂ ਲੱਗ ਸਕਦੀ ਕਿਹੜੇ ਕਾਨੂੰਨ ਤਹਿਤ ਲੱਗੀ ਆ ਜੇ ਲੱਗੀਆਂ ਨੇ ਤਾਂ ਉਹ ਪਤਾ ਕਰਨਾ ਚਾਹੀਦਾ ਅਗਲੀ ਗੱਲ ਜਿਹੜੇ ਉੱਥੇ ਕ੍ਰੈਸ਼ ਹੋਰ ਲੱਗੇ ਨੇ ਜਿਹੜੇ ਰਾ ਮਟੀਰੀਅਲ ਲੈ ਆਉਂਦੇ ਆ ਤੇ ਉਸ ਤੋਂ ਬਾਅਦ ਕ੍ਰਸ਼ ਕਰਦੇ ਆ ਸੱਤ ਅੱਠ ਤਰ੍ਹਾਂ ਦੀ ਮਤਲਬ ਉਹਦੇ ਜੋ ਛੋਟੇ ਛੋਟੇ ਬਰੀਕ ਬਜਰੀ ਤੋਂ ਲੈ ਕੇ ਮੋਟੀ ਬਜਰੀ ਤੱਕ ਬਣਦੀ ਆ ਕ੍ਰਸ਼ਰਾਂ ਵਾਲਿਆਂ ਨੂੰ ਪੁੱਛਣ ਆਲਾ ਹੋਵੇ ਵੀ ਤੁਸੀਂ ਇਹ ਬਾਈ ਲੈ ਕੇ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਐਨਓਸੀਆਂ ਲਈਆਂ ਹੋਈਆਂ ਹਾਂ ਹਰਿਆਣੇ ਤੋਂ ਲੈ ਕੇ ਆ ਰਹੇ ਹਮਾਚਲ ਤੋਂ ਲੈ ਕੇ ਆ ਰਹੇ ਆ ਜੰਮੂ ਕਸ਼ਮੀਰ ਤੋਂ ਲੈ ਕੇ ਆ ਰਹੇ ਹਮਾਚਲ ਤੇ ਪੰਜਾਬ ਦਾ ਬਾਰਡਰ ਲੱਗਦਾ ਉਹ ਸ਼ੀਰੀਏ 'ਚ ਜੇ ਤੁਸੀਂ ਹਿਮਾਚਲ ਵਾਲੇ ਕ੍ਰਸ਼ਰਾਂ ਵਾਲੇ ਕੋਲੇ ਚਲੇ ਜਾਓ ਉਹ ਕਹਿਣਗੇ ਰਾ ਮਟੀਰੀਅਲ ਕਿੱਥੋਂ ਲੈ ਕੇ ਆ ਰਹੇ ਨੇ ਪੰਜਾਬ ਤੋਂ ਲੈ ਆ ਰਹੇ ਆ ਇਹ ਖੇਡ ਖੇਢੀ ਜਾ ਰਹੀ ਆ ਰਲ ਮਿਲ ਕੇ ਮਤਲਬ ਉਹ ਰॉ ਮਟੀਰੀਅਲ ਜਦੋਂ ਤੁਸੀਂ ਖੱਡ ਪੱਟ ਕੇ ਲੈ ਕੇ ਆ ਰਹੇ ਹੋ ਸਾਹਮਣੇ ਖੱਡ ਲੱਗੇ ਹੋਇਆ ਤਾਂ ਤੁਸੀਂ ਮੰਨਣ ਨੂੰ ਤਿਆਰ ਨਹੀਂ ਹੈਗੇ ਕੋਈ ਅਧਿਕਾਰੀ ਉੱਥੇ ਜਾ ਕੇ ਨਹੀਂ ਰਾਜ਼ੀ ਕਿ ਸਾਡਾ ਕਤਲ ਤੱਕ ਨਾ ਹੋ ਜੇ ਸਾਨੂੰ ਬਿਆਨ ਤੱਕ ਨਾ ਮਤਲਬ ਬਿਆਨ ਤੱਕ ਦੇਣ ਤੇ ਡਰਾ ਦਿੱਤਾ ਜਾਂਦਾ ਉਦੋਂ ਸਾਨੂੰ ਲੱਗ ਮੈਨੂੰ ਲੋੜ ਲੱਗੀ ਵੀ ਆਪਾਂ ਨੂੰ ਇਹਦੇ ਤੇ ਕੰਮ ਕਰਨਾ ਚਾਹੀਦਾ ਸਭ ਤੋਂ ਵੱਡਾ ਧੰਨਵਾਦ ਮੈਂ ਕੌਮ ਟੀਵੀ ਦਾ ਕਰਦਾ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੀ ਪ੍ਰੋਡਕਸ਼ਨ ਆ ਇਹ ਇੱਕ ਓਟੀਟੀ ਪਲੇਟਫਾਰਮ ਰਿਲੀਜ਼ ਹੋ ਰਿਹਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਆਪਾਂ ਇੱਥੇ ਕੰਮ ਕਰੀਏ ਉਹਨਾਂ ਨੇ ਬਹੁਤ ਬਹੁਤ ਸਾਥ ਦਿੱਤਾ ਇਹ ਮੈਨੂੰ ਲੱਗ ਕਵਰ ਹੋਣਾ ਚਾਹੀਦਾ ਸੀ ਉਹ ਸਾਰਾ ਫਿਲਮ ਦੇ ਵਿੱਚ ਲੈ ਕੇ ਆਏ ਜਿਵੇਂ ਤੁਸੀਂ ਗੱਲ ਕੀਤੀ ਵੀ ਉੱਥੇ ਦੇ ਹਾਲਾਤ ਜਿਵੇਂ ਜ਼ਮੀਨ ਲੈ ਲਈ ਉਹਦੇ ਆਸ-ਪਾਸ ਦੀਆਂ ਜ਼ਮੀਨਾਂ ਮਜਬੂਰੀ ਹੋ ਗਈ ਜਾਂ ਦੇਣਾ ਮਜਬੂਰੀ ਹੋ ਗਈ ਜਾਂ ਉਹ ਖਤਮ ਹੋਣ ਵਾਲੇ ਪਾਸੇ ਨੂੰ ਸ਼ੁਰੂ ਹੋ ਗਿਆ ਕਿਉਂਕਿ ਜਦ 100 ਸੌ ਫੁੱਟ ਦਾ ਖੱਡਾ ਜਦੋਂ ਐਡੇ-ਐਡੇ ਖੱਡੇ ਥੱਲੇ ਜਾ ਰਹੇ ਆ ਕਿਸੇ ਹੱਦ ਮਤਲਬ ਇਹ ਰੁਕਦੇ ਕਿਵੇਂ ਆ ਮਤਲਬ 100 150 150 ਫੁੱਟ ਤੇ ਜਾ ਕੇ ਇਹ ਰੁਕਦੇ ਕਿਉਂ ਆ ਕਿ ਇਦੋਂ ਥੱਲੇ ਨਹੀਂ ਜਾ ਸਕਦੇ ਤਾਂ ਰੁਕਦੇ ਕਿ ਜੇ ਇਦੋਂ ਥੱਲੇ ਜਾ ਸਕਦੇ ਹੁਣ ਤਾਂ ਇਹ ਉਦੋਂ ਥੱਲੇ ਵੀ ਚਲੇ ਜਾਣ 5 500 ਫੁੱਟ ਤੇ ਵੀ ਚਲੇ ਜਾਣ ਇੱਥੇ ਵੀ ਤੁਸੀਂ ਦੇਖਿਆ ਹੋਣਾ ਉਹ ਕੀ ਚੀਜ਼ ਸੀ ਹਾਂ ਬਿਲਕੁਲ ਐਕਚੁਅਲ ਚ ਜਿਹੜੀ ਤੁਸੀਂ ਗੱਲ ਬਿਲਕੁਲ ਠੀਕ ਕਰਦੇ ਆ ਜੇ ਇਦੋਂ ਥੱਲੇ ਵੀ ਜਾਣ ਦੇ ਉਹਨਾਂ ਦੇ ਕੋਲੇ ਅਟਕ ਲੈਂ ਜਾਂਦੇ ਆ ਇਹ 150 200 250 ਫੁੱਟ ਜਿੱਥੇ ਮਤਲਬ ਆਪਾਂ ਕਹਿ ਸਕਦੇ ਵੀ ਲਿਕਵਿਡ ਫਾਰਮ ਆ ਗਈ ਜਿੱਥੇ ਤਰਲ ਸਥਾ ਹੈ ਗਈ ਨਾ ਜ਼ਮੀਨ ਦੀ ਜਿੱਥੋਂ ਆਪਾਂ ਪੱਟ ਉੱਥੇ ਜਾ ਕੇ ਰੁਕਣਾ ਪੈਂਦਾ ਉਹਨਾਂ ਦੀ ਮਜਬੂਰੀ ਆ ਕਿਉਂਕਿ ਉੱਥੇ ਜਾ ਕੇ ਪੱਟ ਨਹੀਂ ਸਕਦੇ ਉਹ ਧਰਤੀ ਨੂੰ ਉਹ ਤਾਂ ਤਰਲ ਸਥਾ ਆ ਗਈ ਨਾ ਉਹ ਸਭ ਪਾਣੀ ਹੈ ਮਤਲਬ ਉਹ ਪਾਣੀ ਦੀ ਜਿਹੜੀ ਜਮ੍ਹਾਂ ਸਾਫ ਸਤਾ ਉਹ ਥੱਲੋਂ ਕੱਢ ਦਿੱਤੀ ਹੋਈ ਆ ਤੇ ਉਹਦੇ ਜਦੋਂ ਪੱਟਤਾ ਤੁਸੀਂ ਇੱਕ ਕਿਲਾ ਲੈ ਲਿਆ ਉਹਨੂੰ 200 250 300 ਫੁੱਟ ਤੱਕ ਪੱਟਤਾ ਜਿੱਥੇ ਤਰਲ ਸਥਾ ਉਸ ਤੋਂ ਅੱਗੇ ਤੁਸੀਂ ਪੱਟ ਨਹੀਂ ਸਕਦੇ ਹੁਣ ਉਹਦਾ ਨੁਕਸਾਨ ਕੀ ਆ ਇਹ ਤਾਂ ਪੱਟ ਕੇ ਖੱਡ ਵਾਲੇ ਕਿਤੇ ਹੋਰ ਖੱਡ ਲਾ ਲੈਣਗੇ ਕਿਸੇ ਹੋਰ ਖੇਤ ਚ ਪੱਟ ਲੈਣਗੇ ਕਿਸੇ ਹੋਰ ਪਹਾੜ ਤੇ ਆਪਣੀਆਂ ਮਸ਼ੀਨਾਂ ਲੈ ਜਾਣਗੇ ਉਸ ਤੋਂ ਬਾਅਦ ਉਸ ਕਿਲੇ ਦਾ ਕੀ ਬਣਨਾ ਉਦੇ ਆਸ-ਪਾਸ ਕਈ ਕਿਲੋਮੀਟਰ ਤੱਕ ਪਾਣੀ ਛੱਡ ਜਾਂਦੀ ਹੈ ਧਰਤੀ ਸੋਕਾ ਪੈ ਰਿਹਾ ਉਹਨਾਂ ਏਰੀਆ ਦੇ ਵਿੱਚ ਬੋਰ ਨਹੀਂ ਹੋ ਰਹਾ ਜੀ